भाई साहब की ना थोड़ा अल्लाह बख्श भाई, ये मामला किवें होया? कोई गल नहीं, कोई तो असी थोड़े नाल है, थोड़े नु सान थोड़ा कोई कसूर ही कोई नहीं। जी नहीं, ये दे विच मेनू कोई इल्म नहीं। मैं ते सुबह ताले जेड़े 5 बजे वेखन तोड़े मेनू ठीक मालूम है। अच्छा, ताले मौजूद है? तुसी 5 बजे चक्कर लाया है तू? हां बिल्कुल लाया। अच्छा, क्योंकि मेरी एक रूटीन है, मेरे घर है थोड़ा इत दूर। जी हां, इस वास्ते मैं सुबह जांदे हां जावन टुल्ला दा पहले सारे ताले पूरी मार्केट दे चेक करके ते मुड़ जाना। अच्छा, ये जेडे आम रूटीन ने चौकीदार ने ताला सीधा कर देने के हेठ लगे होंगे ना, आम रूटीन है तो चाक ना शटर ना लेंगे, तुसी इधर ताला लाया? जी जी बिल्कुल सारे ਤੇ ਬਾਕੀ ਬਾਕੀਆਂ ਦੇ ਹੁਣ ਤਾਲਾ ਜਿਹੜਾ ਹੇਠਾ ਹੈ ਉਹ ਜਿਵੇਂ ਸਿੱਧਾ ਹੋਇਆ ਪਿਆ ਤਾਲਾ? ਨਹੀਂ ਨਹੀਂ, ਉਹ ਪਰੂ ਸਿੱਧਾ ਹੋਇਆ ਪਿਆ ਤਾਲਾ। ਹਾਂ, ਕੋਈ ਤਾਲਾ ਫਸ, ਯਾਨੀ ਤੁਹਾਨੂੰ ਤਸੱਲੀ ਹੈ ਵੀ 5 ਵਜੇ ਤੁਸੀਂ ਦੋਵੇਂ ਤਾਲੇ ਸਿੱਧੇ ਕੀਤੇ? ਜੀ 5 ਵਜੇ ਸਵੇਰ ਨਹੀਂ, ਹਾਂ ਉਹ ਤਾਂ ਕੇਲੇ ਰਾਤੀ ਅਮਿੰਦਾ ਉਸਲੇ ਕਰੀਂਦੇ। ਅੱਛਾ, ਕੇਲੇ ਰਾਤੀ ਡਿਊਟੀ ਸ਼ੁਰੂ ਕਰੀਂਦੀ ਹੈ ਉਸ ਵੇਲੇ ਉਹ ਵਿਖੀਂਦੇ ਨੇ। ਅੱਛਾ, ਸਵੇਰ ਤੁਸੀਂ ਜ਼ਹਿਰੀ ਤੌਰ ਤੇ ਬਕੌਲ ਤੁਹਾਡੇ ਵੀ ਤੁਸੀਂ ਵੇਖ ਕੇ ਗਏ ਹੋ? ਜੀ ਵੇਖ ਕੇ 5 ਵਜੇ ਤਾਈਂ ਕੋਈ ਉਹ ਜੀ ਗੱਲ ਨਹੀਂ। ਇਹ ਤੁਹਾਨੂੰ ਤਸੱਲੀ ਹੈ? ਬਿਲਕੁਲ। ਇਹ ਜਿਹੜੇ ਮੁੜ ਬੰਦੇ ਦਮੀ ਨਾਲ ਆਏ ਨੇ, ਇਹ ਆਂਦੇ ਨੇ ਵੀ ਸ਼ਟਰ ਅੱਧਾ ਉੱਤਾ ਚਵੇ ਹੋਇਆ, 1.5 ਫੁੱਟ। ਪੰਜ ਤੇ ਸੱਤ ਦੇ ਵਿੱਚ ਨਾ ਸਿਰਫ 2 ਘੰਟੇ ਹੈ ਯਾਰ, ਜਿਹੜਾ ਕੰਮ ਹੋਣਾ ਹੁੰਦਾ ਹੈ ਉਹ ਟਾਈਮ। ਬਾਬਾ ਜੀ, ਤੁਹਾਨੂੰ ਇਸ ਦੀ ਹਿਫਾਜ਼ਤ ਵਾਸਤੇ ਰੱਖੇ ਹੋਇਆ ਨਾ, ਇਹ ਕੰਮ ਹੋਣ ਵਾਸਤੇ ਨਹੀਂ ਰੱਖੇ ਹੋਇਆ। ਗੱਲ ਤਾਂ ਸੁਣੋ ਵੀ, ਇੱਕ ਬੰਦਾ ਮੌਜੂਦ ਹੈ, ਹੁਣ ਉਹ ਆਖੇ ਵੀ ਕੰਮ ਹੋਣਾ ਹੀ, ਗੱਲ ਤੇ ਹੈ ਨਹੀਂ। ਮੈਂ ਇਹ ਨਹੀਂ ਆਖਿਆ ਕਿ ਹੋਣਾ ਹੀ ਹੋਇਆ, ਕਿਉਂ ਹੋਇਆ, ਇਹ ਗਲਤ ਹੋਇਆ ਜੋ ਵੀ ਹੋਇਆ, ਹਾਂ, ਲੇਕਿਨ ਮੈਂ ਆਪਣੀ ਗੱਲ ਦਾ ਜ਼ਿੰਮੇਦਾਰ ਹਾਂ। ਮੈਂ ਜਨਾਬ 5 ਵਜੇ ਤਾਲੇ ਵੇਖ ਕੇ, 5 ਵਜੇ ਸ਼ਟਰ ਉੱਚਾ ਨਹੀਂ ਸੀ? ਨਹੀਂ, ਉਹਨੇ ਠੀਕ ਆ। ਯਾਨੀ ਤੁਸੀਂ ਸਮਝਦੇ ਹੋ ਵੀ 5 ਤੋਂ ਬਾਅਦ 6 ਤੇ 7, ਹਾਲਾਂਕਿ ਉਸ ਟਾਈਮ ਸਾਰਾ ਸ਼ਹਿਰ ਜਾਗ ਜਾਂਦਾ, ਲੋਕ ਆਮਦ ਰਫਤ ਸ਼ੁਰੂ ਹੋ ਜਾਂਦੀ। ਇਹ ਮੁੜ ਉਸ ਇਤਨੀ ਹਿੰਮਤ ਕੀਤੀ ਕਿ ਸਮਾਨ ਉਸ ਘਟਿਆ ਵੀ, ਇਹ ਕਿਤੇ ਲੋਡ ਵੀ ਕੀਤਾ ਸੀ ਮੋਟਰਸਾਈਕਲ ਤੇ ਰਕਸ਼ੇ ਤੇ, ਕਿਤੇ ਚਾਹ ਕੇ ਲੈ ਕੇ ਆਉਣਾ, ਗਾਇਬ ਤਾਂ ਨਹੀਂ ਹੋ ਗਿਆ? ਯਾਨੀ ਤੁਹਾਡੇ ਜ਼ਿਹਨ 'ਚ ਇਹ ਵੀ ਇਹ 2 ਘੰਟੇ 'ਚ ਵਾਰਦਾਤ ਹੋਈ? ਜੀ ਯਕੀਨ।